video, llega el campeón, mira, pero si no van a ser el equipo. Mordaba el cardenal Miguel como al venir. El paro mandé a que se muestre la verdad que esto no va a gustar, de esto viene una dicha nación. ਇਸ ਚੀਜ਼ ਨੂੰ ਐਕਲ ਕਰਕੇ ਚੱਲਣਾ ਆਪਾਂ ਨੂੰ ਆਪਣੇ ਦੇ ਵਿੱਚ ਫੁੱਟ ਪਾਉਣ ਦੀ ਲੜਾਈ ਕਰਾਉਣ ਦੀ ਬਹੁਤ ਬੰਦੇ ਆਉਣਗੇ ਲੜਨਾ ਇੱਕ ਦੂਜੇ ਦੀ ਨਿੰਦਿਆ ਕਰਨੀ ਬਹੁਤ ਸੌਖਾ ਉਹਦੇ ਬਲਾਕਰੀ ਮੀਟਿੰਗ 'ਚ ਮੈਂ ਗਿਆ ਐਂ ਉਮਲਾ ਹੋ ਰਹੀ ਸੀ ਉੱਥੇ ਬੈਠਾ ਸੀ ਆਰਾਮ ਹੋਈ ਜਾਂ ਵੀ ਯਾਰ ਸੌਂ ਲੱਗੇ ਮੀਟਿੰਗ 'ਚ ਮੇਰੇ ਤਾਂ ਵੀ ਸਾਡੇ ਪਿੰਡ 'ਚ ਪਿਆਰੀ ਬਹੁਤ ਕਿਉਂਕਿ ਮੈਂ ਰਹੀ ਨਹੀਂ ਸੀ ਮੈਨੂੰ ਇਸ ਵਿੱਚ ਅੱਜੇ ਤਾਂ ਬਹੁਤ ਮੋਹ ਹੈ ਚਲੋ ਉੱਥੇ ਸਰਪੰਚਾਂ 'ਚ ਬੈਠੇ ਮੈਨੂੰ ਐਂ ਲੱਗੀ ਯਾਰ ਵੀ ਯਾਰ ਮੈਂ ਨੰਦਲ ਚੱਲ ਗਿਆ ਸੋ ਆਪਾਂ ਇਹੋ ਜਿਹਾ ਇੰਪਰੈਸ਼ਨ ਨਹੀਂ ਲੈਣਾ ਮੇਰਾ ਇਹ ਸਾਰੇ ਸੂਝ ਬਣੋ ਆਪਾਂ ਨੂੰ ਇੰਨੀ ਔਰਤਾਂ ਪਾ ਕੇ ਪਿੰਡਾਂ ਦੇ ਕਾਬਿਲ ਕਰੇ ਮੈਂ ਵੀ ਪਿੰਡ ਦਾ ਸਰਪੰਚ ਆ ਮੇਰੀ ਮਾਤਾ ਸਰਪੰਚ ਆ ਸੀ ਤੁਹਾਨੂੰ ਸਾਹਮਣੇ ਆ ਪਰ ਏਦਾਂ ਨਹੀਂ ਹੋਣਾ ਚਾਹੀਦਾ ਘੜਿਆ ਆਪਣੀ ਜਗ੍ਹਾ ਨੇ ਪਰ ਜਿੱਥੇ ਸਾਡੇ ਮਾਨਸਾਰੀ ਗੱਲ ਹੋਵੇ ਘੱਟੋ ਘੱਟ ਔਰਤਾਂ ਅਸੀਂ ਇਕੱਠੇ ਹੋ ਸਕਦੇ ਹੋ ਸਕਦੇ ਕਿ ਨਹੀਂ ਹੋ ਸਕਦੇ ਫਿਰ ਜ਼ਿੰਮੇਵਾਰੀ ਹੈ ਸਾਰਿਆਂ ਦੀ ਕੋਈ ਹੋਰ ਕੀ ਜਮ ਤਾਂ ਥੋੜ੍ਹੀ ਹੋਈ ਆ ਪਰ ਅਸੀਂ ਆਮ ਨਾਲ ਆਪਣਾ ਆਪ ਹੀ ਸੁਧਾਰ ਕਰਦਾ ਸੋ ਮੁਰਦਾਬਾਦ ਕਰਨੀ ਸੌਖੀ ਹੈ ਨਾ ਮੁਰਦਾਬਾਦ ਕਰੇ ਨਾਲ ਮੇਰੀ ਤੂੰ ਮੰਨਣੀ ਹੈ ਠੀਕ ਹੈ 2 ਲੱਖ ਬੰਦਾ ਹੋਈ ਕਮੈਂਟ ਕਰਦਾ ਮੇਰੇ ਨਾਲ 2 ਦਿਨ ਹੋਰ ਗਾਣਾ ਕੱਢ ਲੈਣ ਕਿਹਾ ਉਹ ਮੈਨੂੰ ਵੀ ਲੋੜ ਹੈ ਇਸ ਚੀਜ਼ ਦੀ ਅਗਲਾ ਕੱਲ੍ਹ ਗਾਣਾ ਕੱਢੂੰਗਾ ਮੇਰੇ ਕਮਾ ਕੇ ਬਹਿ ਸੋ ਇਹਨਾਂ ਚੀਜ਼ਾਂ ਨਾਲ ਮੇਰਾ ਵੀ ਫਰਕ ਉਹਨਾਂ ਨੂੰ ਪੈਂਦਾ ਜਿਨ੍ਹਾਂ ਦਾ ਇਹ ਪੈਂਦਾ ਜਿਹੜੇ ਇਹਨਾਂ ਅਹੁਦਿਆਂ ਤੇ ਰੋਟੀ ਕਮਾਉਣ ਆਉਂਦੇ ਨੇ ਠੱਗੀਆਂ ਮਾਰ ਆਉਂਦੇ ਨੇ ਮੇਰੇ ਕੋਲ ਪਰਮਾਤਮਾ ਦਾ ਕੁਛ ਬਹੁਤ ਕੁਛ ਦਿੱਤਾ ਹੋਇਆ ਇੱਕ ਐਮਐਲਏ ਤੋਂ ਜੇ ਪਾਰਟੀ ਦੱਸੀ ਨਾ ਉਹਦੀ ਆਈਡੈਂਟੀ ਕੁਛ ਨਹੀਂ ਰਹਿੰਦੀ ਇੱਕ ਬੰਦੇ ਤੋਂ ਜੇ ਪਾਰਟੀ ਦੱਸੀ ਨਾ ਕਹਿੰਦੇ ਵੀ ਸਾਡਾ ਬੰਦਾ ਨਹੀਂ ਬੰਦਾ ਕਦੋਂ ਹੋ ਜਾਂਦਾ ਜੀ ਅੱਜ ਮੈਨੂੰ ਕੋਈ ਪਾਰਟੀ ਕਹੇ ਵੀ ਅਸੀਂ ਤੇ ਸਮੁੰਦਰੀ ਲੋੜ ਸੀ ਪਾਰਟੀ ਚੋਂ ਬਾਹਰ ਕੱਢਦੇ ਮੇਰਾ ਕੀ ਫਰਕ ਤੁਹਾਨੂੰ ਕਿ ਲੋਕ ਨੇ ਕਰਾਉਣਾ ਹੋ ਜਾਂਦੇ ਨਹੀਂ ਹਰ ਮੇਰੀ ਪਾਰਟੀ ਤੋਂ ਇਲਾਵਾ ਵੀ ਆਈਡੈਂਟੀ ਹੈਗੀ ਨੇ ਸੋ ਮੇਰਾ ਵੀਰ ਮੈਂ ਤੁਹਾਨੂੰ ਇਹੀ ਕਹਿਣਾ ਕਿ ਤੁਹਾਡੇ ਸਾਰਿਆਂ ਲਈ ਪਾਰਟੀ ਤੋਂ ਇਲਾਵਾ ਵੀ ਆਈਡੈਂਟੀ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਲੋਕਾਂ ਨੂੰ ਸਾਡੀ ਲੋੜ ਹੈ ਸਾਨੂੰ ਇਹਨਾਂ ਦੀ ਲੋੜ ਨਹੀਂ ਹੈ ਆਪਦੇ ਆਪ ਨੂੰ ਇੰਨਾ ਤਕੜਾ ਉਦਮਸ਼ੀਲ ਪੋਜ਼ਿਟਿਵ ਬਣਾ ਲਓ ਕਿ ਲੋਕ ਤੁਹਾਨੂੰ ਕਹਿਣ ਵੀ ਫਲਾਣੇ ਸਰਪੰਚ ਆ ਜਾਏਗਾ ਤੂੰ ਚੰਗਾ ਬੰਦਾ ਤੂੰ ਸਾਡੇ ਮੂਹਰੇ ਲੱਗ ਸਾਡੀ ਗੱਲ ਕਰ ਦਾਅਵੇਦਾਰੀਆਂ ਹਮੇਸ਼ਾ ਲੋਕ ਦੇ ਕੇ ਆਉਂਦੇ ਹੁੰਦੇ ਵੀ ਫਲਾਣੇ ਤੂੰ ਫਲਾਣਾ ਬਣਾ ਇੱਥੇ ਲੋਕ ਆਪ ਦਾਅਵੇਦਾਰੀਆਂ ਦਿੰਦੇ ਵੀ ਮੈਂ ਬਣੂ ਇਹ ਸੁਣੀਏ ਗੱਲ ਚਲੋ ਦਾਅਵੇਦਾਰੀਆਂ ਵੀ ਲਓ ਹਰੇਕ ਬੰਦਾ ਹੱਕ ਹੈ ਲੜਨ ਦਾ ਮੈਂ ਕਹਿੰਦਾ ਚੋਣਾਂ 'ਚ ਸਾਰੇ ਲੜੋ ਯਾਰ ਜਿਹਨੂੰ ਟਿਕਟ ਨਹੀਂ ਵੀ ਮਿਲਦੀ ਉਹ ਵੀ ਬੜਾ ਭਾਗ ਜਿਹਾ ਹੋਇਆ ਕੋਈ ਖੁਰਾਕ ਨਹੀਂ ਸੀ ਜਿਹਦੀ ਕਿਸਮ ਝੋਲ ਦਿੱਤੇ ਆ ਪਰ ਆਪਸ ਦੇ ਵਿੱਚ ਗਲਤ ਪ੍ਰਚਾਰ ਨੈਗੇਟਿਵਿਟੀ ਤੁਹਾਨੂੰ ਪਤਾ ਲੋਕ ਮੈਨੂੰ ਕੀ ਕਹਿੰਦੇ ਨੇ ਲੋਕ ਕਹਿੰਦੇ ਵੀ ਯਾਰ ਤੂੰ ਮਾਨਸਾ ਕਰਦੇ ਨੇ ਮੂਸਾ ਮੂਸਾ ਕਰਦੇ ਨੇ ਇਹਦੇ 'ਚ ਮੇਰਾ ਕੋਈ ਘਾਟਾ ਨਹੀਂ ਮੇਰੇ ਪਿੰਡ ਦੇ 4 ਬੰਦੇ ਨੇ ਮੇਰਾ ਵਿਰੋਧ ਕਰਿਆ ਸੀ ਅੱਗੇ ਜੀ ਟੈਕ ਲਾਉਂਦਾ ਫਲਾਣਾ ਉਹਨਾਂ ਮੈਨੂੰ ਕਿਸੇ ਨੇ ਕੁਛ ਨਹੀਂ ਕਿਹਾ ਅੱਜ ਉਹਨਾਂ ਦੇ ਰਿਸ਼ਤੇਦਾਰ ਤੋਂ ਉਹਨਾਂ ਨਹੀਂ ਭੁੱਲਦੇ ਮੇਰੇ ਤੋਂ ਸਾਡੀ ਬੇਨਤੀ ਕਰਦੀ ਹੋ ਸੋ ਮੇਰਾ ਵੀਰ ਆਪਣੀ ਸਾਰਿਆਂ ਦੀ ਇੱਜ਼ਤ ਹੈ ਜੇ ਮੈਂ ਲੋਕਾਂ ਉਹਦੇ ਬਾਹਰ ਜਾ ਕੇ ਕਹਿੰਦਾ ਨਹੀਂ ਮੇਰਾ ਹੀ ਨਹੀਂ ਹੈ ਤਾਂ ਤੁਹਾਨੂੰ ਵੀ ਕਹਿੰਦਾ ਜਮਾ ਜਿਹੜੀ ਸਾਡਾ ਹੁੰਦਾ ਐਨਾ ਮੇਰਾ ਕਰੋ ਯਾਰ ਫਲਾਣਾ ਰੋਧ ਕਰ ਉੱਤੇ ਕਰ ਫਿਰ ਕਿਆ ਹੋ ਗਿਆ ਇਹ ਜਵਾਨ ਹੈ ਚਮੜੇ ਦਾ ਪਤਾ ਹੈ ਬੋਲ ਉਹਨਾਂ ਨੂੰ ਕੀ ਹੋ ਜਾਊ ਸੋ ਮੇਰਾ ਵੀਰ ਇੱਕੋ ਹੀ ਗੱਲ ਤੁਹਾਡੀ ਤੁਹਾਨੂੰ ਬੇਨਤੀ ਹੈ ਤੁਸੀਂ ਮੇਰੇ ਤੋਂ ਬਹੁਤ ਸਿਆਣੇ ਹੋ ਬਹੁਤ ਵੱਡੇ ਹੋ ਤੁਹਾਡੇ ਕੋਲ ਬਹੁਤ ਕੁਛ ਹੈ ਬਹੁਤ ਲੇਖ ਨੇ ਤੁਸੀਂ ਬਹੁਤ ਮਜ਼ਬੂਤ ਹੋ ਮੈਂ ਤੁਹਾਨੂੰ ਇਗਨੋਰ ਹੀ ਨਹੀਂ ਕਰ ਰਿਹਾ ਮੈਂ ਕਹਿੰਦਾ ਤੁਸੀਂ ਬਹੁਤ ਤਕੜੇ ਹੋ ਤਕੜੇ ਹੋਣ ਦੇ ਨਾਲ ਨਾਲ ਥੋੜ੍ਹੇ ਜਿਹੇ ਪੋਜ਼ਿਟਿਵ ਹੋ ਜਾਓ ਸਿਆਣੇ ਵੀ ਤੁਸੀਂ ਬਹੁਤ ਹੋ ਆਪਸ ਦੇ ਵਿੱਚ ਮੇਰਾ ਵੀ ਆਪਣੇ ਕਾਦਰ ਪੜਦੀ ਛੱਡ ਦੋ ਅੱਜ ਨਹੀਂ ਤਾਂ ਕੱਲ੍ਹ ਨੂੰ ਬੰਦੇ ਬਾਹਰੋਂ ਆਇਆ ਕਰਨਗੇ ਇੱਥੇ ਖੜਿਆ ਕਰਨਗੇ ਇਹ ਅਗਲਾ ਇਸ ਜੇ ਕੋਈ ਅਗਲਾ ਕੱਲ੍ਹ ਨੂੰ ਆਉਣ ਦੀ ਕੋਸ਼ਿਸ਼ ਕਰੂੰਗਾ ਨਾ ਮੇਰੇ ਵਰਗਾ ਉਹਨੇ ਕਹਿ ਲੈਣਾ ਇਹਦੇ ਕੋਲ ਤਾਂ ਕੰਮ ਅਸੀਂ ਕੀ ਲੈਣਾ ਕਿਸ ਤਰ੍ਹਾਂ
ਹੈ ਕੋਈ ਨਵਾਂ ਕੋਈ ਬੰਦਾ ਆਉਂਦਾ ਕੁਛ ਕਰਦਾ ਉਹਨੂੰ ਐਪਰੀਸ਼ੀਏਟ ਕਰੀਦਾ ਉਹਨਾਂ ਮੇਰੇ ਕੋਈ ਧੱਕੇ ਨਹੀਂ ਮਾਰਦੇ ਹੁੰਦੇ ਬਾਕੀ ਦੂਜੀ ਗੱਲ ਕਹੀ ਤੁਸੀਂ ਮੇਰੇ ਭਰਾ ਹੋ ਸਾਰੇ ਤੁਸੀਂ ਮੇਰੇ ਆਪਣੇ ਹੋ ਮੇਰਾ ਗੁੱਸਾ ਗਿਆ ਤੁਹਾਡਾ ਤੁਹਾਡਾ ਗੁੱਸਾ ਗਿਆ ਮੇਰੇ ਸਿਰ ਤੇ ਮੇਰਾ ਤੁਹਾਡੇ ਸਿਰ ਇਹ ਆਪਣਾ ਪਰਿਵਾਰ ਆਪਣਾ ਚੱਲਦਾ ਰਹਿਣਾ ਦੂਜੀ ਗੱਲ ਇਹ ਜਿਹੜਾ ਕੋਈ ਇੱਥੇ ਬਾਹਰ ਦਾ ਬੰਦਾ ਵੀ ਖਰਾਬ ਕਰਦਾ ਅੱਜ ਮੈਂ ਤੁਹਾਨੂੰ ਇੰਨੀ ਗਰੰਟੀ ਲੈ ਕੇ ਜਾਂਦਾ ਕਿ ਆਉਣ ਵਾਲੇ ਮਹੀਨੇ ਦੇ ਵਿੱਚ ਮੈਂ ਇੱਥੇ ਤੱਕ ਨਹੀਂ ਦੇਣਾ ਕਰੰਟ ਰੇਸ ਚੀਜ਼ ਜਿਹੜੇ ਬਾਹਰੋਂ ਬੰਦੇ ਆ ਕੇ ਸਾਨੂੰ ਇੱਥੇ ਰਗੜਾ ਕੇ ਇੱਥੋਂ ਦਾ ਮਾਹੌਲ ਖਰਾਬ ਕਰਦੇ ਮੈਂ ਗਰੰਟੀ ਲੈ ਕੇ ਜਾਂਦਾ ਡਾਕਟਰ ਸਾਹਿਬ ਇੱਕ ਵੀ ਬੰਦਾ ਨਹੀਂ ਚੱਲਣਾ ਸੀ ਜਿਹੜਾ ਸਾਡਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਬਾਕੀ ਆਹ ਤੁਹਾਡੀਆਂ ਗਰੰਟਾਂ ਨਹੀਂ ਹਨ ਮੈਂ ਤੁਹਾਨੂੰ ਚੈੱਕ ਦੇਣਾ ਹੈ ਮੈਂ ਇੱਥੋਂ ਦੀ ਪੋਲੀਟੀਕਲੀ ਕੰਪਲੇਂਟ ਨਹੀਂ ਕਰਨਾ ਹੈ ਤੁਹਾਡੇ ਵੋਟਾਂ ਵੀ ਮੰਗਣੀਆਂ ਕੋਈ ਮੈਂ ਤੁਹਾਨੂੰ ਪ੍ਰੈਸ਼ਰਾਈਜ਼ ਨਹੀਂ ਕਰਨਾ ਹੈ ਮੈਨੂੰ ਵੋਟਾਂ ਪਾਏ ਜੀ ਮੇਰੀ ਦਾਅਵੇਦਾਰੀ ਦੇ ਨਾ ਮੇਰੀ ਜੇ ਦਾਅਵੇਦਾਰੀ ਹੋਈ ਕਿਸਮਤ ਚ ਹੋਈ ਮੈਂ ਲੈ ਲੂੰ ਨਹੀਂ ਹੋਈ ਉਹ ਚੁੱਪ ਕਰਕੇ ਘਰੇ ਬੈਠੇ ਠੀਕ ਹੈ ਤੁਸੀਂ ਮੇਰੇ ਸਾਹਮਣੇ ਦੱਸਿਆ ਕਿਹੜੇ ਵੱਡੇ ਹੋ ਜਿਹੜੀ ਡਿਊਟੀ ਜਿੰਨੀ ਤੇ ਲੱਗੀ ਸੀ ਉਹ ਭੁਗਤਾਉਣਾ ਹੈ ਬਾਕੀ ਜੇ ਤੁਹਾਨੂੰ ਕਿਸੇ ਮੇਰੀ ਗੱਲ ਦਾ ਬੁਰਾ ਲੱਗਿਆ ਕਿਸੇ ਨੂੰ ਤੁਸੀਂ ਮੇਰੀ ਗੱਲ ਤੋਂ ਫਰੈਂਡ ਹੋਏ ਤਾਂ ਮੈਨੂੰ ਆਪਣਾ ਛੋਟਾ ਭਰਾ ਆਪਣਾ ਬੱਚਾ ਸਮਝ ਕੇ ਮਾਫ਼ ਕਰ ਬਾਕੀ ਮੇਰੀ ਇੱਕੋ ਹੀ ਮੈਂ ਕਹਿੰਦਾ ਵੀ ਸਾਡੇ ਪ੍ਰਵਾਨ ਕਰਿਓ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹਨੂੰ ਟਿਕਟ ਮਾਨ ਸਾਹਿਬ ਤੋਂ ਮਿਲ ਗਈ ਉਹਨਾਂ ਨੂੰ ਜੀ ਵੀ ਕਰੋ ਕਰੇ ਕਰੋ ਕੇ